ਦੇ ਸਟੂਡੈਂਟਸ ਵੈਲਕਮ ਅਗੇਨ ਅਵਰ ਟੂਡੇਸ ਟਾਪਿਕ ਇਜ਼ ਰੋਲ ਆਫ ਪੀਅਰ ਗਰੁੱਪ ਔਨ ਆਇਡੈਂਟੀਟੀ ਫਾਰਮੇਸ਼ਨ ਜਿਹੜੇ ਸਾਥੀ ਹੁੰਦੇ ਨੇ ਜਾਂ ਸਾਥੀਆਂ ਦਾ ਗਰੁੱਪ ਹੁੰਦਾ ਹੈ ਉਹਨਾਂ ਦਾ ਆਇਡੈਂਟੀਟੀ ਫਾਰਮੇਸ਼ਨ ਦੇ ਵਿੱਚ ਕੀ ਰੋਲ ਹੁੰਦਾ ਹੈ ਜਾਂ ਕੀ ਇਫੈਕਟ ਹੁੰਦਾ ਹੈ ਪਹਿਲਾ ਹੈ ਸਰਵਸ ਟੂ ਮੀਟ ਦਾ ਨੀਡਸ ਹੁਣ ਜਿਹੜਾ ਪੀਅਰ ਗਰੁੱਪ ਹੁੰਦਾ ਹੈ ਇਹ ਪਹਿਲਾ ਰੋਲ ਇਹ ਪਲੇ ਕਰਦਾ ਹੈ ਜਿਹਦਾ ਪਹਿਲਾ ਇਫੈਕਟ ਇਹ ਹੁੰਦਾ ਹੈ ਕਿ ਉਹ ਆਪਣੇ ਨਾਲ ਦੇ ਸਾਥੀ ਨੇ ਜਿਹੜੀਆਂ ਹਰ ਤਰ੍ਹਾਂ ਦੇ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਦਾ ਹੈ ਕਿਉਂਕਿ ਉਹ ਇੱਕ ਦੂਸਰੇ ਦੇ ਕੰਮ ਆਉਂਦੇ ਨੇ ਤੇ ਇਹਦੇ ਨਾਲ ਉਹਨਾਂ ਨੇ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਭਾਵੇਂ ਸੋਸ਼ਲ ਨੀਡਸ ਨੇ ਭਾਵੇਂ ਐਜੂਕੇਸ਼ਨਲ ਨੀਡਸ ਨੇ ਇਕਨੋਮਿਕ ਨੀਡਸ ਵੀ ਹੋ ਸਕਦੀਆਂ ਨੇ ਨੈਕਸਟ ਆ ਸੋਰਸ ਆਫ سپورਟ ਫਿਰ ਜਿਹੜਾ ਪੀਅਰ ਗਰੁੱਪ ਹੁੰਦਾ ਹੈ ਇਹ ਇੱਕ ਸੋਰਸ ਵੀ ਹੁੰਦਾ ਹੈ سپورਟ ਦਾ ਮੀਨਸ سپورਟ ਹੁੰਦਾ ਹੈ ਹੌਂਸਲਾ ਸਾਥ ਦੇਣਾ ਕਿਉਂਕਿ ਜਿਹੜੇ ਪੀਅਰ ਗਰੁੱਪ ਵਾਲੇ ਸਾਥੀ ਹੁੰਦੇ ਨੇ ਉਹ ਹਮੇਸ਼ਾ ਕੋਈ ਪ੍ਰੋਬਲਮ ਹੈ ਕੋਈ ਖੁਸ਼ੀ ਵਾਲੀ ਗੱਲ ਹੈ ਤਾਂ ਉੱਥੇ ਹਮੇਸ਼ਾ ਹੀ سپورਟ ਕਰਦੇ ਨੇ ਇਸ ਕਰਕੇ ਅਗਲਾ ਇਫੈਕਟ ਕਿ ਇਹ ਸੋਰਸ ਆਫ سپورਟ ਹੁੰਦੇ ਨੇ ਕਿਸੇ ਵੀ ਇੱਕ ਵਿਦਿਆਰਥੀ ਦੇ ਲਈ ਬੱਚੇ ਦੇ ਲਈ ਨੈਕਸਟ ਆ ਲਰਨ ਟੂ ਲਿਵ ਟੂਗੇਦਰ ਇਹਦੇ ਨਾਲ ਜਿਹੜੇ ਬੱਚੇ ਨੇ ਉਹ ਇਕੱਠੇ ਰਹਿਣਾ ਸਿੱਖਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਕਿ ਜੇਕਰ ਅਸੀਂ ਇਕੱਠੇ ਰਹਿੰਨੇ ਤਾਂ ਸਾਨੂੰ ਕੀ ਬੈਨੀਫਿਟ ਹੈ ਮੀਨਸ ਇੱਕ ਦੂਸਰੇ ਦੇਖੋ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਲੋੜਾਂ ਵੀ ਪੂਰੀਆਂ ਹੁੰਦੀਆਂ ਉਹਨਾਂ ਦੀਆਂ ਤੇ ਜਦੋਂ ਇੱਕ ਦੂਸਰੇ ਨਾਲ ਉਹ ਇਕੱਠੇ ਰਹਿਣਾ ਸਿੱਖਦੇ ਨੇ ਤਾਂ ਉਹਦੇ ਨਾਲ ਹੋਰ ਚੰਗੀਆਂ ਗੱਲਾਂ ਵੀ ਸਿੱਖਦੇ ਨੇ ਉਹ ਜਿਹੜੀਆਂ ਕਿ ਉਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਦੇ ਉੱਪਰ ਅਸਰ ਪਾਉਂਦੀਆਂ ਨੇ ਨੈਕਸਟ ਹੈ ਮੋਰਲ ਡਵੈਲਪਮੈਂਟ ਮੋਰਲ ਡਵੈਲਪਮੈਂਟ ਵੀ ਹੁੰਦੀ ਹੈ ਕੋਈ ਜਿਹੜਾ ਬੱਚਾ ਹੈ ਉਹ ਗਲਤ ਕੰਮ ਨਹੀਂ ਕਰਦਾ ਕਿਉਂਕਿ ਉਹ ਜਿਹੜਾ ਗਰੁੱਪ ਹੁੰਦਾ ਹੈ ਨਾ ਫਿਰ ਉਹਨੂੰ ਇਹ ਲੱਗਦਾ ਹੈ ਵੀ ਮੇਰੇ ਗਰੁੱਪ ਦੇ ਜਿਹੜੇ ਨਾਲ ਵਾਲੇ ਸਾਥੀ ਨੇ ਉਹ ਮੈਨੂੰ ਕੀ ਕਹਿਣਗੇ ਇਸ ਕਰਕੇ ਜਿਹੜਾ ਵਿਦਿਆਰਥੀ ਉਹ ਆਪਣੇ ਆਪ ਤੇ ਸੈਲਫ ਕੰਟਰੋਲ ਰੱਖਦੇ ਹੋਏ ਜਿਹੜੀਆਂ ਮੋਰਲ ਵੈਲਿਊਜ਼ ਨੂੰ ਆਪਣੇ ਆਪ ਦੇ ਵਿੱਚ ਡਵੈਲਪ ਕਰਦਾ ਹੈ ਨੈਕਸਟ ਹੈ ਲਰਨਿੰਗ ਅਪ੍ਰੋਪਰੀਏਟ ਸੋਸ਼ਲ ਆਈਡੈਂਟੀਟੀ ਹੁਣ ਇਹ ਨਾਲ ਜਿਹੜਾ ਬੱਚਾ ਹੈ ਉਹ ਜਿਹੜੀ ਸੋਸ਼ਲ ਆਈਡੈਂਟੀਟੀ ਹੈ ਉਹਨੂੰ ਵੀ ਜੋ ਠੁੱਕ ਵੀ ਹੈ ਮੀਨਜ਼ ਜੋ ਅਪ੍ਰੋਪਰੀਏਟ ਹੁੰਦੀ ਹੈ ਉਹਨੂੰ ਵੀ ਸਿੱਖਦਾ ਹੈ ਹੁਣ ਦੇਖੋ ਸੋਸਾਇਟੀ ਦੇ ਵਿੱਚ ਰਹਿਣਾ ਹੁੰਦਾ ਤਾਂ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਸੋਸ਼ਲ ਆਈਡੈਂਟੀਟੀ ਉਹ ਬਣਾਉਣੀ ਪੈਂਦੀ ਹੈ ਮੀਨਜ਼ ਜਿਸ ਤਰ੍ਹਾਂ ਦੀ ਸੋਸਾਇਟੀ ਦੇ ਵਿੱਚ ਰਹਿ ਰਹੇ ਹਾਂ ਉਹਦੇ ਅਕੋਰਡਿੰਗ ਅਪ੍ਰੋਪਰੀਏਟ ਚਾਹੀਦੀ ਹੁੰਦੀ ਹੈ ਇਹ ਤੇ ਪੀਅਰ ਗਰੁੱਪ ਦੇ ਥਰੂ ਬੱਚਾ ਜਿਹੜੀ ਅਪ੍ਰੋਪਰੀਏਟ ਸੋਸ਼ਲ ਆਈਡੈਂਟੀਟੀ ਹੈ ਉਹ ਵੀ ਸਿੱਖਦਾ ਹੈ ਨੈਕਸਟ ਹੈ ਪਰਸਨਲ ਇੰਡੀਪੈਂਡੈਂਸ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਨਿੱਜੀ ਜਿਹੜੀ ਆਜ਼ਾਦੀ ਹੈ ਉਹ ਵੀ ਪੈਦਾ ਹੁੰਦੀ ਹੈ ਮੀਨ ਜੇ ਬੱਚੇ ਸੁਤੰਤਰ ਰੂਪ ਦੇ ਵਿੱਚ ਕੰਮ ਕਰਨਾ ਵੀ ਸਿੱਖ ਲੈਂਦੇ ਨੇ ਹੁਣ ਜਿਵੇਂ ਕਿ ਜਿਹੜਾ ਗਰੁੱਪ ਹੈਗਾ ਤਾਂ ਅਗਰ ਗਰੁੱਪ ਨੇ ਕੋਈ ਐਕਟੀਵਿਟੀ ਕਰਨੀ ਹੈ ਤਾਂ ਉਹਦੇ ਵਿੱਚ ਇੱਕ ਇੱਕ ਬੱਚੇ ਨੂੰ ਜਿਹੜੀ ਜਿਹੜੀ ਜ਼ਿੰਮੇਵਾਰੀ ਮਿਲੇਗੀ ਤਾਂ ਆਪਣੇ ਉਸ ਕੰਮ ਨੂੰ ਬੱਚਾ ਬਿਲਕੁਲ ਸੁਤੰਤਰ ਹੋ ਕੇ ਕਰ ਸਕਦਾ ਹੈ ਨਿੱਜੀ ਤੌਰ ਤੇ ਨੈਕਸਟ ਹੈ ਪੀਅਰ ਪ੍ਰੈਸ਼ਰ ਫਿਰ ਹੁਣ ਜਿਹੜੇ ਪੀਅਰ ਗਰੁੱਪ ਹੁੰਦੇ ਨੇ ਇਹ ਪ੍ਰੈਸ਼ਰ ਵੀ ਬਣਾਉਂਦੇ ਆ ਪ੍ਰੈਸ਼ਰ ਬਣਾਉਣ ਦਾ ਮਤਲਬ ਹੁੰਦਾ ਹੈ ਕਿ ਆਪਣੇ ਨਾਲ ਦੇ ਸਾਥੀਆਂ ਨੂੰ ਪ੍ਰਭਾਵ ਦੇ ਵਿੱਚ ਲੈ ਕੇ ਰੱਖਦੇ ਨੇ ਕਿਉਂਕਿ ਜਿਹੜਾ ਗਰੁੱਪ ਹੁੰਦਾ ਹੈ ਇਹ ਇਹ ਜਿਹੜਾ ਬੱਚਾ ਗਰੁੱਪ ਦੇ ਵਿੱਚ ਭਾਵੇਂ ਨਵਾਂ ਐਡ ਹੁੰਦਾ ਭਾਵੇਂ ਪਹਿਲਾਂ ਤੋਂ ਹੀ ਹੁੰਦਾ ਉਹਨੂੰ ਪ੍ਰੈਸ਼ਰਾਈਜ਼ ਕਰਦੇ ਨੇ ਕਿ ਤੂੰ ਇਹ ਕੰਮ ਕਰਨਾ ਹੈ ਜਾਂ ਤੂੰ ਇਹ ਕੰਮ ਨਹੀਂ ਕਰਨਾ ਇਹ ਤੂੰ ਸਿੱਖਣਾ ਹੈ ਇਹ ਤੂੰ ਨਹੀਂ ਸਿੱਖਣਾ ਨੈਕਸਟ ਹੈ ਫਿਊਚਰ ਪ੍ਰੋਬਲਮਸ ਫਿਊਚਰ ਪ੍ਰੋਬਲਮਸ ਹੀ ਆਉਂਦੀਆਂ ਨੇ ਕਿਉਂਕਿ ਜੇਕਰ ਜਿਹੜਾ ਪੀਅਰ ਗਰੁੱਪ ਹੈ ਉਹ ਵਧੀਆ ਨਹੀਂ ਹੈ ਤਾਂ ਜਿਹੜਾ ਬੱਚਾ ਉਹਨਾਂ ਦੇ ਸੰਪਰਕ ਦੇ ਵਿੱਚ ਆਏਗਾ ਉਹਨਾਂ ਫਿਊਚਰ ਦੇ ਵਿੱਚ ਜਿਹੜੇ ਪ੍ਰੋਬਲਮਸ ਨੇ ਉਹ ਆ ਸਕਦੀਆਂ ਨੇ ਕਿਉਂਕਿ ਖੁਦ ਉਹ ਜਿਹੜੀਆਂ ਵਧੀਆ ਹਾਤਾਂ ਦਾ ਸ਼ਿਕਾਰ ਨਹੀਂ ਹੋਏਗਾ ਨੈਕਸਟ ਸੋਰਸ ਆਫ ਇਨਫੋਰਮੇਸ਼ਨ ਹੁਣ ਜਿਹੜਾ ਹੈ ਪੀਅਰ ਗਰੁੱਪ ਹੈ ਇਹ ਇਨਫੋਰਮੇਸ਼ਨ ਦਾ ਸੋਮਾ ਵੀ ਹੁੰਦਾ ਹੈ ਸੋਰਸ ਵੀ ਹੁੰਦਾ ਹੈ ਕਿਉਂਕਿ ਇਹ ਪੂਰਾ ਜਿਹੜਾ ਗਰੁੱਪ ਹੈ ਥਾਵਾ-ਥਾਵਾ ਤੋਂ ਜਿਹੜੀ ਇਨਫੋਰਮੇਸ਼ਨ ਇਕੱਠੀ ਕਰਦਾ ਹੈ ਤੇ ਫਿਰ ਗਰੁੱਪ ਦੇ ਵਿੱਚ ਡਿਸਸੈਮੀਨੇਟ ਕਰਦਾ ਹੈ ਨੈਕਸਟ ਜੈਂਡਰ ਰੋਲ ਜੈਂਡਰ ਰੋਲ ਵੀ ਸਿੱਖਦਾ ਹੈ ਹੁਣ ਇਹ ਜਿਹੜੇ ਪੀਅਰ ਗਰੁੱਪ ਬਣਦੇ ਆ ਤਾਂ ਗਰਲਸ ਦੇ ਦੇਖੋ ਗਰੁੱਪ ਅਲੱਗ ਹੁੰਦੇ ਆ ਤੇ ਬੁਆਇਜ਼ ਦੇ ਅਲੱਗ ਹੁੰਦੇ ਆ ਇਹ ਜਿਹੜਾ ਜੈਂਡਰ ਰੋਲ ਹੈ ਬੱਚਾ ਇਹ ਵੀ ਇਹਦੇ ਤੋਂ ਸਿੱਖਦਾ ਹੈ ਕਿਉਂਕਿ ਜਿਹੜੀਆਂ ਗਰਲਸ ਨੇ ਉਹ ਵੈਸੇ ਵੀ ਸੋਸਾਇਟੀ ਦੇ ਵਿੱਚ ਜੇਕਰ ਅਸੀਂ ਦੇਖਦੇ ਆ ਉਹਨਾਂ ਦਾ ਰੋਲ ਡਿਫਰੈਂਟ ਹੁੰਦਾ ਹੈ ਬੁਆਇਜ਼ ਦੇ ਕੰਪੈਰੀਟਿਵ ਨੈਕਸਟ ਹੈ ਰਿਸਕ ਟੇਕਿੰਗ ਬਿਹੇਵੀਅਰ ਹੁਣ ਇਹਦੇ ਵਿੱਚ ਜਿਹੜੇ ਬੱਚੇ ਨੇ ਉਹ ਕਈ ਵਾਰ ਇਸ ਤਰ੍ਹਾਂ ਦਾ ਬਿਹੇਵੀਅਰ ਵੀ ਕਰਦੇ ਨੇ ਜਿਹਦੇ ਵਿੱਚ ਰਿਸਕ ਲੈਣਾ ਪੈ ਜਾਂਦਾ ਹੈ ਤੇ کئی ਵਾਰ ਉਹਨਾਂ ਦੇ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ ਮੀਨ ਜਿਹੜਾ ਅਸੀਂ ਗੱਲ ਕਰ ਰਹੇ ਆ ਪੀਅਰ ਗਰੁੱਪ ਦੇ ਰੋਲ ਦੀ ਪੋਜ਼ਿਟਿਵ ਵੀ ਹੈਗਾ ਰੋਲ ਉਹਨਾਂ ਦਾ ਤੇ 네ਗੇਟਿਵ ਵੀ ਹੈ ਨੈਕਸਟ ਹੈ ਇਫੈਕਟ ਔਨ ਪਰਸਨੈਲਿਟੀ ਡਿਵੈਲਪਮੈਂਟ ਫਿਰ ਜਿਹੜਾ ਪੀਅਰ ਗਰੁੱਪ ਹੈ ਉਹਦਾ ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਪਰ ਵੀ ਅਸਰ ਪੈਂਦਾ ਹੈ ਜਿਸ ਨਾਲ ਉਹਦੀ ਉਸ ਤਰੀਕੇ ਦੀ ਫਿਰ ਆਇਡੈਂਟੀ ਬਣਦੀ ਹੈ ਹੁਣ ਜੇਕਰ ਜਿਹੜਾ ਗਰੁੱਪ ਹੈ ਉਹ ਬਹੁਤ ਅੱਛਾ ਹੈ ਤਾਂ ਬੱਚੇ ਜਿਹੜੀ ਪਰਸਨੈਲਿਟੀ ਹੈ ਉਹ ਦੇ ਅਕੋਰਡਿੰਗ ਡਿਵੈਲਪਮੈਂਟ ਹੋਏਗੀ ਉਹਦੀ ਔਰ ਜੇ ਗਰੁੱਪ ਦੇ ਵਿੱਚ ਨਹੀਂ ਬੈਂਬਰ ਵਧੀਆ ਹੈਗੇ ਤਾਂ ਉਹਦੇ ਅਕੋਰਡਿੰਗ ਪਰਸਨਲਿਟੀ ਡਵੈਲਪਮੈਂਟ ਹੋਏਗੀ ਨੈਕਸਟ ਆ ਕਾਮਨ ਇੰਟਰਸਟ ਐਂਡ ਐਕਟੀਵਿਟੀਆਂ ਫਿਰ ਜਿਹੜਾ ਪੀਅਰ ਗਰੁੱਪ ਹੁੰਦਾ ਉਹਨਾਂ ਦੇ ਜਿਹੜੇ ਇੰਟਰਸਟ ਹੁੰਦੇ ਨੇ ਉਹ ਕਾਮਨ ਹੁੰਦੇ ਨੇ ਤੇ ਕਾਮਨ ਹੀ ਉਹਨਾਂ ਦੀ ਐਕਟੀਵਿਟੀਆਂ ਹੁੰਦੀਆਂ ਨੇ ਤੇ ਇਹਦੇ ਅਕੋਰਡਿੰਗ ਜਿਹੜੇ ਬੱਚੇ ਨੂੰ ਇੱਕ ਦੂਸਰੇ ਤੋਂ ਜਿਹੜੀਆਂ ਆਦਤਾਂ ਨੇ ਉਹ ਵੀ ਸਿੱਖਦੇ ਆ ਅਵੋਇਡ ਸਾਈਕੋ ਆਰਡਰ ਹੁਣ ਜਿਹੜੇ ਬੱਚੇ ਨੇ ਦੇਖੋ ਆਪਸ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਆਪਣੀ ਗੱਲ ਗਰੁੱਪ ਦੇ ਵਿੱਚ ਸ਼ੇਅਰ ਕਰ ਦਿੰਦੇ ਨੇ ਆਪਣੇ ਫਰੈਂਡਸ ਨਾਲ ਸ਼ੇਅਰ ਕਰ ਦਿੰਦੇ ਨੇ ਤਾਂ ਉਹਦੇ ਨਾਲ ਜਿਹੜਾ ਕਿਸੇ ਵੀ ਕਈ ਵਾਰ ਕੋਈ ਮੈਂਟਲੀ ਥੋੜੀ-ਬਹੁਤੀ ਪ੍ਰੋਬਲਮਸ ਆਉਣ ਲੱਗ ਜਾਂਦੀ ਨੇ ਬੱਚਿਆਂ ਨੂੰ ਉਹ ਨਹੀਂ ਆਉਂਦੀਆਂ ਕਿਉਂਕਿ ਬੱਚੇ ਆਪਣੀ ਪ੍ਰੋਬਲਮ ਨੂੰ ਸ਼ੇਅਰ ਕਰ ਲੈਂਦੇ ਨੇ ਕਿਉਂਕਿ ਪੇਰੈਂਟਸ ਤੋਂ ਬੱਚੇ ਡਰਦੇ ਹੁੰਦੇ ਆ ਜਾਂ ਕਿਸੇ ਹੋਰ ਵੱਡਿਆਂ ਤੋਂ ਜਾਂ ਟੀਚਰ ਤੋਂ ਬਟ ਗਰੁੱਪ ਦੇ ਵਿੱਚ ਸ਼ੇਅਰ ਕਰਕੇ ਆਪਣਾ ਜਿਹੜਾ ਵਜਨ ਹੈ ਉਹ ਉਤਾਰ ਦਿੰਦੇ ਆ ਨੈਕਸਟ ਹੈ ਗੁੱਡ ਮੈਂਟਲ ਹੈਲਥ ਫਿਰ ਜਿਹੜੀ ਬੱਚੇ ਕਿਉਂਕਿ ਬਹੁਤ ਕੁਝ ਨਵਾਂ ਵੀ ਸਿੱਖਦੇ ਆ ਤੇ ਇਹਦੇ ਨਾਲ ਜਿਹੜੀ ਉਹਨਾਂ ਦੀ ਮੈਂਟਲ ਹੈਲਥ ਆ ਉਹ ਵੀ ਚੰਗੀ ਬਣੀ ਰਹਿੰਦੀ ਆ ਹੈਲਥੀ ਰਹਿੰਦੇ ਨੇ ਉਹ ਨੈਕਸਟ ਹੈ ਐਡਜਸਟਮੈਂਟ ਹੁਣ ਜੋ ਪੀਅਰ ਗਰੁੱਪ ਹੈ ਉਹ ਬੱਚਿਆਂ ਨੂੰ ਸਾਥੀਆਂ ਨੂੰ ਅਡਜਸਟਮੈਂਟ ਕਰਨੀ ਵੀ ਸਿਖਾਉਂਦਾ ਹੈ ਅਡਜਸਟਮੈਂਟ ਕਿਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਭਾਵੇਂ ਕਲਾਸ ਦੇ ਵਿੱਚ ਕਰਨੀ ਹੈ ਭਾਵੇਂ ਸੋਸਾਇਟੀ ਦੇ ਵਿੱਚ ਤੇ ਭਾਵੇਂ ਅਸੀਂ ਘਰ ਤੋਂ ਬਾਹਰ ਕਿਸੇ ਹੋਰ ਥਾਂ ਤੇ ਨੈਕਸਟ ਹੈ ਟੀਚ ਯੂਨਿਟੀ ਅਗਲਾ ਰੋਲ ਇਹ ਹੈ ਕਿ ਜਿਹੜਾ ਪੀਅਰ ਗਰੁੱਪਸ ਨੇ ਉਹ ਯੂਨਿਟੀ ਸਿਖਾਉਂਦੇ ਹੁਣ ਦੇਖੋ ਜਿਹੜਾ ਗਰੁੱਪ ਬਣ ਜਾਂਦਾ ਬੱਚਿਆਂ ਦਾ ਭਾਵੇਂ 5 ਦਾ ਭਾਵੇਂ 6 ਦਾ ਤਾਂ ਜਿੰਨੇ ਉਹਸ ਗਰੁੱਪ ਦੇ ਵਿੱਚ ਮੈਂਬਰ ਹੋਣਗੇ ਤਾਂ ਸਾਰੇ ਜਿਹੜੀ ਯੂਨਿਟੀ ਆ ਉਹ ਬਣਾ ਕੇ ਰੱਖ ਗਏ ਯੂਨਿਟੀ ਹਰ ਮੈਟਰ ਦੇ ਵਿੱਚ ਭਾਵੇਂ ਪੜਨ ਵਾਲਾ ਹੈ ਭਾਵੇਂ ਕੋਈ ਹੋਰ ਕੰਮ ਕਰਨ ਵਾਲਾ ਹੈ ਭਾਵੇਂ ਉਹਨਾਂ ਨੇ ਸੁਸਾਇਟੀ ਦੇ ਵਿੱਚ ਵਿਚਰਨਾ ਉਸ ਟਾਈਮ ਵੀ ਨੈਕਸਟ ਹੈ ਸ਼ੇਅਰਿੰਗ ਬੱਚੇ ਸ਼ੇਅਰਿੰਗ ਦੀ ਜਿਹੜੀ ਹੈਬਿਟ ਆ ਉਹ ਸਿੱਖਦੇ ਨੇ ਕਿ ਇੱਕ ਦੂਸਰੇ ਨੂੰ ਜਿਹੜੀ ਕਿਵੇਂ ਅਸੀਂ ਹੈਲਪ ਕਰਨੀ ਹੈ ਕਿਵੇਂ ਜੇਕਰ ਸਾਡੇ ਕੋਲ ਚੀਜ਼ ਹੈਗੇ ਕੋਈ ਅਸੀਂ ਨੇ ਸ਼ੇਅਰ ਕਰਨੀ ਹੈ ਕਿਵੇਂ ਅਸੀਂ ਵੰਡ ਕੇ ਖਾਣੀ ਹੈ ਜਾਂ ਵਰਤਣੀ ਹੈ ਨੈਕਸਟ ਹੈ ਸੈਲਫ ਐਕਸਪਲੋਰੇਸ਼ਨ ਇਹ ਨਾਲ ਜਿਹੜੇ ਬੱਚੇ ਨੇ ਉਹ ਆਪਣੇ ਆਪ ਬਾਰੇ ਖੋਜ ਵੀ ਕਰਨਾ ਸਿੱਖ ਲੈਂਦੇ ਨੇ ਕਿਉਂਕਿ ਸਾਰੇ ਬੱਚਿਆਂ ਦਾ ਜਿਹੜਾ ਬਿਹੇਵੀਅਰ ਉਹ ਡਿਫਰੈਂਟ ਡਿਫਰੈਂਟ ਹੁੰਦਾ ਹੈ ਤੇ ਫਿਰ ਜਦੋਂ ਦੂਸਰੇ ਨੇ ਆਤਾਂ ਜੈ ਐਕਟੀਵਿਟੀਜ਼ ਦੇਖਦੇ ਨੇ ਤਾਂ ਉਹਦੇ ਅਕੋਰਡਿੰਗ ਜਿਹੜੇ ਬੱਚੇ ਨੇ ਉਹ ਸੈਲਫ ਐਕਸਪਲੋਰੇਸ਼ਨ ਕਰਦੇ ਨੇ ਮੀਨਸ ਆਪਣੇ ਆਪ ਬਾਰੇ ਖੋਜ ਪੜਤਾਲ ਕਰਦੇ ਨੇ ਤੇ ਫਿਰ ਜੇਕਰ ਉਹਨਾਂ ਨੂੰ ਆਪਣੇ ਬਿਹੇਵੀਅਰ ਦੇ ਵਿੱਚ ਮੋਡੀਫਿਕੇਸ਼ਨ ਦੀ ਜ਼ਰੂਰਤ ਲੱਗਦੀ ਹੈ ਥੈਨ ਉਹ ਮੋਡੀਫਾਈ ਵੀ ਕਰਦੇ ਨੇ ਨੈਕਸਟ ਹੈ ਪ੍ਰੋਬਲਮ ਸੋਲਵਿੰਗ ਸਕਿੱਲ ਹੁਣ ਗਰੁੱਪ ਦੇ ਵਿੱਚ ਹੀ ਰਹਿੰਦੇ ਹੋਏ ਹੁਣ ਜਿਹੜਾ ਪੀਅਰ ਗਰੁੱਪ ਹੈ ਉਹਦੇ ਤੋਂ ਉਹ ਪ੍ਰੋਬਲਮ ਸੋਲਵਿੰਗ ਸਕਿੱਲ ਵੀ ਸਿੱਖਦੇ ਨੇ ਕਿ ਜਿਹੜੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਆ ਭਾਵੇਂ ਉਹਨੂੰ ਕਿਸ ਤਰੀਕੇ ਨਾਲ ਸੋਲਵ ਕੀਤਾ ਜਾ ਸਕਦਾ ਹੈ ਨੈਕਸਟ ਇਸ ਸਕੋਲਿਸਟਿਕ ਇਨਫਲੂਐਂਸ ਹੁਣ ਸਟੱਡੀ ਦੇ ਨਾਲ ਰਿਲੇਟਡ ਵੀ ਜਿਹੜਾ ਇਨਫਲੂਐਂਸ ਉਹ ਪੈਂਦਾ ਏ ਕਿਉਂਕਿ ਹੁਣ ਜਿਸ ਤਰ੍ਹਾਂ ਦਾ ਗਰੁੱਪ ਹੋਏਗਾ ਜਿੱਕਰ ਵਧੀਆ ਪੜਨ ਵਾਲਾ ਗਰੁੱਪ ਹੈ ਤਾਂ ਬੱਚਾ ਵੀ ਵਧੀਆ ਪੜ੍ਹੇਗਾ ਔਰ ਜੇਕਰ ਜਿਹੜਾ ਗਰੁੱਪ ਹੈ ਉਹ ਸ਼ਰਾਰਤਾਂ ਕਰਨ ਵਾਲਾ ਹੈ ਸਟੱਡੀ ਦੇ ਵਿੱਚ ਇੰਟਰਸਟ ਨਹੀਂ ਲੈਂਦਾ ਤਾਂ ਬੱਚੇ ਦੇ ਉੱਪਰ ਵੀ ਜਿਹੜਾ ਉਸ ਤਰ੍ਹਾਂ ਦਾ ਇਫੈਕਟ ਹੈ ਉਹ ਪਏਗਾ ਨੈਕਸਟ ਹੈ ਸੈਲਫ ਐਸਟੀਮ ਇਹਨਾਂ ਜਿਹੜੇ ਬੱਚੇ ਨੇ ਉਹ ਸਵੈ ਮਾਨ ਕਰਨਾ ਵੀ ਸਿੱਖ ਲੈਂਦੇ ਨੇ ਹੁਣ ਗਰੁੱਪ ਦੇ ਵਿੱਚ ਦੇਖੋ ਹਰ ਇੱਕ ਦੀ ਵੱਖਰੀ ਵੱਖਰੀ ਜਿਹੜੀ ਆਈਡੈਂਟੀਟੀ ਉਹ ਹੁੰਦੀ ਹੈ ਤੇ ਉਹਦੇ ਅਕੋਰ ਜਿਹੜੇ ਬੱਚੇ ਨੇ ਉਹ ਆਪਣੇ ਆਪ ਤੇ ਮਾਣ ਮਹਿਸੂਸ ਕਰਦੇ ਐ ਨੈਕਸਟ ਐ ਸੈਲਫ ਅੰਡਰਸਟੈਂਡਿੰਗ ਹੁਣ ਪੀਅਰ ਗਰੁੱਪ ਦਾ ਅਗਲਾ ਰੋਲ ਕਿ ਇਹ ਨਾਲ ਜਿਹੜਾ ਬੱਚਾ ਹੋ ਸੈਲਫ ਅੰਡਰਸਟੈਂਡਿੰਗ ਮੀਨਸ ਆਪਣੇ ਆਪ ਬਾਰੇ ਜਿਹੜੀ ਸਮਝ ਹੋ ਵਿਕਸਿਤ ਕਰ ਲੈਂਦਾ ਐ ਆਪਣੇ ਆਪ ਬਾਰੇ ਸਮਝ ਹੋਣਾ ਬਹੁਤ ਜ਼ਰੂਰੀ ਵੀ ਐ ਬਟ ਜਿਹੜਾ ਪੀਅਰ ਗਰੁੱਪ ਐ ਉਹ ਬਹੁਤ ਵਧੀਆ ਤਰੀਕੇ ਨਾਲ ਇਹ ਜਿਹੜਾ ਆਪਣਾ ਰੋਲ ਆ ਹੋ ਪਲੇ ਕਰਦਾ ਐ ਨੈਕਸਟ ਐ ਪਰਸਨਲ ਆਈਡੈਂਟੀਟੀ ਹੁਣੇ ਗੱਲ ਕੀਤੀ ਸੀ ਕਿ ਹਰੇਕ ਬੱਚਾ ਆਪਣੇ ਆਪ ਦੇ ਵਿੱਚ ਯੂਨੀਕ ਹੁੰਦਾ ਐ ਜਿੰਨੇ ਵੀ ਗਰੁੱਪ ਦੇ ਮੈਂਬਰ ਹੁੰਦੇ ਨੇ ਤਾਂ ਇਹਦੇ ਨਾਲ ਹੀ ਹਰੇਕ ਬੱਚੇ ਦੀ ਜਿਹੜੀ ਪਰਸਨਲ ਆਈਡੈਂਟੀਟੀ ਆ ਉਹ ਸ਼ੋ ਹੁੰਦੀ ਹੈ ਕਿ ਇਹ ਬੱਚਾ ਬਿਹੇਵੀਅਰ ਦੇ ਪੱਖੋਂ ਕਿਸ ਤਰ੍ਹਾਂ ਦਾ ਹੈ ਸਟੱਡੀ ਦੇ ਪੱਖੋਂ ਕਿਸ ਤਰ੍ਹਾਂ ਦਾ ਹੈ ਨੈਕਸਟ ਹੈ ਡਿਵੈਲਪਮੈਂਟ ਆਫ ਅੰਡਰਸਟੈਂਡਿੰਗ ਲੈਵਲ ਹੁਣ ਇਹਦੇ ਨਾਲ ਜਿਹੜੇ ਬੱਚਿਆਂ ਦਾ ਅੰਡਰਸਟੈਂਡਿੰਗ ਲੈਵਲ ਵੀ ਵੱਧਦਾ ਹੈ ਮੀਨ ਜੀ ਦੂਸਰਿਆਂ ਨੂੰ ਸਮਝਣ ਦਾ ਕਿ ਦੂਸਰਾ ਜਿਹੜਾ ਵਿਅਕਤੀ ਹੈ ਗਰੁੱਪ ਦੇ ਵਿੱਚ ਜਿਹੜੇ ਸਾਥੀ ਨੇ ਉਹ ਕਿਸ ਤਰ੍ਹਾਂ ਦੇ ਨੇ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਪੜਨ ਦੇ ਵਿੱਚ ਕਿਸ ਤਰ੍ਹਾਂ ਦੇ ਨੇ ਸਾਰੇ ਤਰ੍ਹਾਂ ਦੀ ਜਿਹੜੀ ਉਹਨਾਂ ਬਾਰੇ ਅੰਡਰਸਟੈਂਡਿੰਗ ਉਹਨਾਂ ਦੇ ਵਿੱਚ ਡਿਵੈਲਪ ਹੋ ਜਾਂਦੀ ਹੈ ਤੇ ਇਹ ਜਿਹੜਾ ਪੀਅਰ ਗਰੁੱਪ ਹੁੰਦਾ ਹੈ ਇਹ ਹਰ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਸਾਥੀ ਹੁੰਦੇ ਨੇ ਜਿਹੜੇ ਇੱਕ ਦੂਸਰੇ ਦਾ ਸਾਥ ਹੀ ਦਿੰਦੇ ਨੇ ਡੀਅਰ ਸਟੂਡੈਂਟਸ ਏਸੀ ਪੀਅਰ ਗਰੁੱਪ ਦੇ ਨਾਲ ਰਿਲੇਟਡ ਟਾਪਿਕ ਥੈਂਕਸ ਫॉर ਵਾਚਿੰਗ